ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਡਾਇਨਾਸੌਰ ਪਾਰਕ ਕਵਰ ਕਰਨ ਵਾਲੇ ਹਾਂ ਇਹ ਡਾਇਨਾਸੌਰ ਪਾਰਕ ਜੁਰੈਸਿਕ ਥੀਮ ਦੇ ਉੱਤੇ ਬਣਿਆ ਹੋਇਆ ਹੈ ਜੁਰੈਸਿਕ ਵਰਲਡ ਨੂੰ ਰਿਜੈਂਬਲਿੰਗ ਪਾਰਕ ਇੱਥੇ ਛੱਤਬੀੜ ਜ਼ੂ ਦੇ ਵਿੱਚ ਬਣਾਇਆ ਹੈ ਇਹਨਾਂ ਨੇ ਇਹ ਦਿੱਲੀ ਦੀ ਕੋਈ ਕੰਪਨੀ ਹੈ ਜਿਨ੍ਹਾਂ ਦਾ ਇਹ ਪ੍ਰੋਜੈਕਟ ਸੀਗਾ ਅਤੇ ਬਹੁਤ ਸੋਹਣਾ ਥੀਮ ਪਾਰਕ ਇਹਨਾਂ ਨੇ ਬਣਾਇਆ ਹੈ ਆਓ ਤੁਹਾਨੂੰ ਸਾਰਾ ਦਿਖਾਉਂਦੇ ਹਾਂ ਅਦਭੁਤ ਦੁਨੀਆ ਵਿੱਚ ਤੁਹਾਡਾ ਸਵਾਗਤ ਹੈ ਛੋਟੇ ਵੱਡੇ ਬੇਸ਼ੁਮਾਰ ਡਾਇਨਾਸੌਰਸ ਨੂੰ ਦੇਖਣ ਦਾ ਮੌਕਾ ਪਾਓਗੇ ਤੇ ਉਹਨਾਂ ਬਾਰੇ ਜਾਣ ਪਾਓਗੇ स्वागत है यहाँ आप छतबीर जंगल में घूम रहे छोटे बड़े बेशुमार डायनासोर्स को देख पाएंगे और उनके बारे में जान पाएंगे ਇਹ ਬੋਰਡ ਉੱਪਰ ਉਹਨਾਂ ਨੇ ਸਾਰੀ ਡਾਇਨਾਸੋਰਸ ਦੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿਹੜੀ ਕਿਹੜੇ ਏਰੀਆ 'ਚ ਡਾਇਨਾਸੌਰ ਉਸ ਟਾਈਮ 'ਤੇ ਪਾਏ ਜਾਂਦੇ ਸੀ ਅਤੇ ਕਿਹੜੇ ਕਿਹੜੇ ਟਾਈਪ ਦੇ ਡਾਇਨਾਸੌਰ ਹੁੰਦੇ ਸੀ ਤੁਸੀਂ ਇਹ ਸਾਰੀ ਜਾਣਕਾਰੀ ਇੱਥੋਂ ਲੈ ਸਕਦੇ ਹੋ ਅਤੇ ਬੱਚਿਆਂ ਨੂੰ ਵੀ ਦੱਸ ਸਕਦੇ ਹੋ ਉਹਨਾਂ ਨੇ ਇਸ ਬਾਰੇ Hi Dino. I got a look for this. It weighs 500 kilograms. 500 kilograms. Yeah.
पर तू समझ भी तो नहीं आएगा, तेरा पैर के पास ही बैठे कि जाओ। शाकाहारी डायनासोर से ਸਾਡੇ ਦੋ ਦੋ ਡਾਇਨਾਸੌਰ, ਇੱਕ ਕਾਮੇਡੀ ਕਰਦਾ ਹੋਇਆ ਅਤੇ ਇੱਕ ਪੂਰੇ ਗੁੱਸੇ ਵਾਲੇ ਮੋੜ 'ਚ। ਹੁਣ ਇੱਥੇ ਆਪਣਾ ਸਫ਼ਰ ਖਤਮ ਹੁੰਦਾ ਹੈਗਾ ਅਤੇ ਆਲਮੋਸਟ ਸਾਰੇ ਆਪਾਂ ਡਾਇਨਾਸੌਰਸ ਵੇਖ ਲਏ ਨੇ। ਤਾਂ ਇਸ ਪਾਰਕ ਦਾ ਕੋਈ ਖਾਸ ਟਿਕਟ ਤੁਹਾਨੂੰ ਨਹੀਂ ਲੈਣਾ ਪੈਂਦਾ ਗਾ, ਇਹਦੀ ਟਿਕਟ ਜੋ ਹੈ ਉਹ ਬਾਹਰਲੇ ਟਿਕਟ ਜੋ ਤੁਸੀਂ ਪਰਚੇਸ ਕਰਦੇ ਹੋ 100 ਰੁਪੀਜ਼ ਦੀ ਛੱਤਬੀੜ ਜ਼ੂ ਲਈ, ਉਹਦੇ ਵਿੱਚ ਹੀ ਇੰਕਲੂਡਿਡ ਹੁੰਦਾ ਹੈਗਾ ਇਹਦਾ ਕੋਸਟ। ਅਡਲਟਸ ਲਈ 100 ਰੁਪੀਜ਼ ਹੈ ਅਤੇ ਬੱਚਿਆਂ ਲਈ 50 ਰੁਪੀਜ਼ ਹੈ। ਬਟ ਇਹ ਮਸਟ ਵਿਜ਼ਿਟ ਹੈ, ਬਹੁਤ ਸੋਹਣਾ ਬਣਾਇਆ ਹੋਇਆ ਇਹ ਥੀਮ ਪਾਰਕ ਸਪੈਸ਼ਲੀ ਬੱਚਿਆਂ ਲਈ। ਹਾਂਜੀ, ਇਹ ਡਾਇਨਾਸੌਰ ਤੁਹਾਨੂੰ ਦਿਖਾਇਆ ਸੀ ਪਾਰਕ, ਡਾਇਨਾਸੌਰ ਪਾਰਕ, ਅਤੇ ਸਾਰੀ ਵੀਡੀਓ ਤੁਸੀਂ ਜੇ ਦੇਖੀ ਆ, ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ, ਹਾਂਜੀ, ਅਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਾਓ।